11ਵੀਂ ਪਾਸ ਕੀਤੀ ਹੈ ਵੀ ਹਾਂ ਹਰ ਕਿਸੇ ਦਾ ਸੁਪਨਾ ਹੁੰਦਾ ਮੈਂ ਬਾਹਰ ਨਹੀਂ ਜਾਣਾ ਵੀ ਮੈਂ ਆਪਣੀ ਲਾਈਫ ਇੰਜੋਏ ਕਰਨੀ ਹੈ ਉਸ ਟਾਈਮ ਤੁਸੀਂ ਆਪਣੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਸਟਰਗਲ ਕੀਤਾ ਕੀ ਕਹਿਣਾ ਚਾਹੁੰਦੇ ਇੱਦਾਂ ਨਾ ਮੈਂ ਹੁਣ ਘਰ 'ਚੋਂ ਇੱਕ ਮੈਂ ਇੱਕ ਵੱਡਾ ਵਾਂ ਨਾ ਜੀ ਅਤੇ ਇਹਦੇ ਕਰਕੇ ਫਿਰ ਘਰ ਦਾ ਹੁਣ ਜੇ ਛੋਟੇ ਭਰਾ ਉਹਨਾਂ ਨੂੰ ਆਪਾਂ ਆਪ ਹੀ ਦੇਖ ਮੈਨੂੰ ਹੀ ਦੇਖਣਾ ਪੈਣਾ ਸਾਰਾ ਕੁਛ ਘਰ ਦਾ ਇਸ ਕਰਕੇ ਘਰ 'ਚ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਘਰਦਿਆਂ ਨੇ ਮੈਨੂੰ ਕਰਜ਼ਾ ਕੁਰਜ਼ਾ ਚੱਕ ਕੇ ਬਾਹਰ ਭੇਜਤਾ ਚਲੋ ਉਦੋਂ ਮੈਂ 19 ਸਾਲ ਦਾ ਸੀਗਾ ਮੇਰਾ ਵੀ 19 ਸਾਲ ਦਾ 2013 'ਚ 13 ਜੁਲਾਈ 'ਚ ਗਿਆ ਸੀਗਾ ਮੈਂ ਰਿਸਪੋਂਸੀਬਿਲਟੀਜ਼ ਜ਼ਿਆਦਾ ਸੀਗੀਆਂ ਤਾਂ ਕਰਕੇ ਬਾਹਰ ਗਏ ਸੀ ਜਾਂ ਸੁਪਨਾ ਸੀ ਬਾਹਰ ਜਾਣਾ ਨਹੀਂ ਸੁਪਨਾ ਵੀ ਇੱਕ ਮਤਲਬ ਹੁੰਦਾ ਵੀ ਹੈ ਵੀ ਸੁਪਨਾ ਉਹ ਤਾਂ ਬਾਕੀ ਉਮਰ ਹੀ ਬਹੁਤ ਮੇਰੀ ਘੱਟ ਸੀ ਸੁਪਨੇ ਤਾਂ ਬਾਅਦ ਦੀ ਹੁੰਦਾ ਅੰਦਰ ਵੈਸੇ ਬਾਹਰ ਜਾਣਾ ਬਾਹਰ ਜਾਣਾ ਅਤੇ ਘਰ ਦਾ ਫਿਰ ਪ੍ਰੋਬਲਮ ਕਰਕੇ ਬਾਹਰ ਭੇਜਤਾ 3-4 ਸਾਲ ਮੈਂ ਬਾਹਰ ਲਾਏ ਫਿਰ ਚਲੋ ਦੇਖਿਆ ਅਤੇ ਵੀ ਹੁਣ ਮੇਰੀ ਬੱਸ ਹੋ ਗਈ ਬਾਹਲਾ ਸਟਰਗਲ ਦੇਖ ਲਿਆ ਇੱਥੇ ਅਤੇ ਮਤਲਬ ਇੱਦੋਂ ਮੈਂ ਆਪਣਾ ਡਰੈਂਕ ਵਗੈਰਾ ਵਾ ਇੱਧਰ ਸੀਗਾ ਪਰ ਮੈਨੂੰ ਮੇਰੇ ਜਹਿ 'ਚ ਆ ਗਿਆ ਵੀ ਹੁਣ ਆਪਾਂ ਜਾ ਕੇ ਆਪਦਾ ਟੈਟੂਆਂ ਦਾ ਕੰਮ ਕਰ ਸਕਦੇ ਹਾਂ ਕੋਈ ਵੀ ਆਪਦਾ ਕੰਮ ਕਰ ਸਕਦੇ ਹਾਂ ਜਾ ਕੇ ਵੀ ਇੱਥੇ ਫਿਰ ਕਾਹਤੋਂ ਮਾਰਨਾ 24-24 ਘੰਟੇ ਅਤੇ ਉਦੋਂ ਫਿਰ ਮੈਂ ਇਹ ਆ ਗਿਆ ਬਾਹਰ ਜਾਣ ਤੋਂ ਪਹਿਲਾਂ ਮੈਂ ਇੱਥੇ ਮੈਂ ਦਿਹਾੜੀ ਦਿਹੁੜੀ ਲੱਗਿਆ ਹੁੰਦਾ ਸੀਗਾ ਆਪਣੇ ਰਾਜਗੜ੍ਹ 'ਚ ਸਕੂਲ ਬਣਾਉਣ ਦੀ ਅਤੇ ਫਿਰ ਮੈਂ ਆਪਣਾ ਦਿਹਾੜੀਆਂ ਤੋਂ ਬਾਅਦ ਜਿਹੜਾ ਮੇਰੇ ਨਾਲ ਮੁੰਡਾ ਸੀਗਾ ਉੱਥੇ ਥੋੜ੍ਹੇ ਪ੍ਰੋਬਲਮ ਜੀ ਹੋਣ ਕਰਕੇ ਫਿਰ ਅਸੀਂ ਆਪਣਾ ਇੱਥੇ ਲੱਗ ਗਏ ਸੀਗੇ ਆਪਣੇ ਮਹਿੰਦਰਾ ਵਰਕਸ਼ਾਪ 'ਤੇ ਉੱਥੇ ਅਸੀਂ ਗੱਡੀਆਂ ਗੁੱਡੀਆਂ ਦੀ ਮਤਲਬ ਵਾਸ਼ਿੰਗ 'ਤੇ ਲੱਗ ਗਏ ਫਿਰ ਉੱਥੋਂ ਫਿਰ ਬਾਅਦ ਆਪਦੀ ਵਰਕਸਟੇਸ਼ਨ ਲੈ ਲਿਆ ਅਸੀਂ ਅਤੇ ਵਰਕਸ਼ਾਪ ਤੋਂ ਬਾਅਦ ਬਸ ਕਰਦੇ ਕਰਾਉਂਦੇ ਘਰਦਿਆਂ ਨੇ ਬਾਹਰ ਭੇਜਤਾ ਕਹਿੰਦੇ ਬੁਰਾ ਹੀ ਕੰਮ ਕਰਦਾ ਕੁਛ ਬਣਦਾ ਨਹੀਂ ਕਹਿੰਦਾ ਅਤੇ ਬਾਹਰ ਭੇਜਤਾ ਆਪਣਾ ਕੰਮ ਕਹਿੰਦੇ ਆਪਣਾ ਹੀ ਕੰਮ ਹੁੰਦਾ ਆਪਣੇ ਦਿਲ ਦੇ ਆਪ ਰਾਜੇ ਹੋ ਕਿੱਦਾਂ ਦਾ ਲੱਗਦਾ ਵਧੀਆ ਲੱਗਦਾ ਪਰ ਮਤਲਬ ਜੇ ਬੰਦੇ ਨੇ ਇੰਨਾ ਹੁਣ ਸਟਰਗਲ ਹੀ ਦੇਖ ਲਿਆ ਅਤੇ ਉਹਨੂੰ ਪਤਾ ਹੀ ਹੁੰਦਾ ਵੀ ਯਾਰ ਆਪਾਂ ਕਿੰਨਾ ਕੁਛ ਦੇਖ ਕੇ ਆਏ ਹਾਂ ਅਤੇ ਉਹ ਫਿਰ ਆਪਾਂ ਬਾਹਲੀ ਉਹ ਨਹੀਂ ਨਾ ਹਵਾ ਵੀ ਨਹੀਂ ਕਰ ਸਕਦੇ ਕਿਉਂਕਿ ਆਉਂਦੀ ਹੀ ਨਹੀਂ ਹਵਾ ਤਾਂ ਇੱਕਦਮ ਤਾਂ ਆਪਾਂ ਚੀਜ਼ ਮਿਲੀ ਨਹੀਂ ਬਹੁਤ ਘੀਸੀਆਂ ਕਰਕੇ ਮਿਲੀ ਆ ਸਟਰਗਲ ਕੀਤਾ ਆ ਕਿਤੇ ਨਾ ਕਿਤੇ ਹੋਪ ਨਹੀਂ ਟੁੱਟ ਗਈ ਸੀਗੀ ਨਹੀਂ ਹੁਣ ਤਾਂ ਬਸ ਹੱਦ ਹੀ ਹੋ ਗਈ ਹੈ ਵੀ ਇੰਨਾ ਕੁਛ ਕਰਨ ਤੋਂ ਬਾਅਦ ਵੀ ਕੁਛ ਨਹੀਂ ਮਿਲ ਰਿਹਾ ਨਹੀਂ ਹੁੰਦਾ ਹੀ ਹੁੰਦਾ ਬਹੁਤ ਵਾਰ ਟੁੱਟਦਾ ਬੰਦਾ ਇੱਕ ਵਾਰ ਨਹੀਂ ਬਥੇਰੀ ਵਾਰ ਬਹੁਤ ਵਾਰ ਟੁੱਟਿਆ ਮੈਂ ਬਹੁਤ ਰੋਇਆ ਮੈਂ ਜਦੋਂ ਮਸ਼ੀਨ ਮੇਰੇ ਹੱਥ 'ਚ ਫੜੀ ਹੁੰਦੀ ਸੀ ਨਾ ਮਤਲਬ ਇੰਨਾ ਔਖਾ ਲੱਗਦਾ ਸੀਗਾ ਹੱਥ 'ਚ ਦਰਦ ਵੀ ਹੋਣ ਲੱਗ ਜਾਂਦਾ ਸੀਗਾ ਅਤੇ ਫਿਰ ਵੀ ਮੈਂ ਕਿਹਾ ਵੀ ਹੁਣ ਕਰਨਾ ਹੀ ਆ ਤਾਂ ਕਰ ਇਹੀ ਆ ਮੇਰੇ ਕੋਲ ਹੈ ਹੀ ਨਹੀਂ ਕੋਈ ਚਾਰਾ ਯਾਰ ਮਜਬੂਰੀ ਆ ਆਪਣੇ ਕੋਈ ਚਾਰਾ ਹੈ ਹੀ ਨਹੀਂ ਗਾ ਫਿਰ ਇਹੀ ਕਰਨਾ ਤਾਂ ਕਰਕੇ ਫਿਰ ਲੱਗੇ ਹੀ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ ਤੇ ਮੈਂ ਹਾਂ ਨੇਹਾ ਮਲਿਕ ਕਹਿੰਦੇ ਨੇ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖ ਲੋਕਾਂ ਤੋਂ ਨਹੀਂ ਰੱਬ ਤੋਂ ਆਸ ਰੱਖ ਕਿਤੇ ਨਾ ਕਿਤੇ ਇਹ ਗੱਲ ਅੱਜ ਸੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਸਾਡੇ ਨਾਲ ਇੱਕ ਇੱਦਾਂ ਦਾ ਸ਼ਖਸ ਮੌਜੂਦ ਹੈ ਜਿਹਨੇ ਕਿ ਦਿਹਾੜੀ ਵੀ ਲਾਈ ਹੈ ਸਵਿਗੀ 'ਤੇ ਵੀ ਕੰਮ ਕੀਤਾ ਅਤੇ ਬਾਹਰ ਵੀ ਜਾ ਕੇ ਆਇਆ ਪਰ ਕਿਤੇ ਨਹੀਂ ਉਹਨੂੰ ਆਪਣਾ ਕੰਮ ਜਿਹੜਾ ਹੈ ਹੁਨਰ ਮਿਲਿਆ ਅਤੇ ਅੱਜ ਸਾਡੇ ਨਾਲ ਦੀਪ ਟੈਟੂ ਜਿਹੜਾ ਬਹੁਤ ਜ਼ਿਆਦਾ ਫੇਮਸ ਵੀ ਕਹਿ ਸਕਦੇ ਆਪਾਂ ਅਤੇ ਲਾਈਫ ਦੇ ਵਿੱਚ ਇੰਨੀ ਜ਼ਿਆਦਾ ਸਟਰਗਲ ਕੀਤੀ ਹੈ ਕਿ ਅੱਜ ਸਾਡੇ ਨਾਲ ਮੌਜੂਦ ਨੇ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਤਾਂ ਪੁੱਛ ਲੈਂਦੇ ਹਾਂ ਕਿ ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ ਅਤੇ ਲਾਈਫ ਦੇ ਵਿੱਚ ਇੰਨਾ ਸਟਰਗਲ ਕੀਤਾ ਆ ਅਤੇ ਕਿੱਦਾਂ ਦਾ ਕੀ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਪਈਆਂ ਸਾਡੇ ਨਾਲ ਦੀਪ ਆਰਟਿਸਟ ਮੌਜੂਦ ਨੇ ਜੋ ਕਿ ਟੈਟੂ ਆਰਟਿਸਟ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਅਤੇ ਪੁੱਛ ਲੈਂਦੇ ਹਾਂ ਕਿ ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ ਸਰ ਸਤਿ ਸ਼੍ਰੀ ਅਕਾਲ ਮੈਂ ਬਹੁਤ ਵਧੀਆ ਸਰ ਤੁਸੀਂ ਬਾਹਰ ਗਏ ਹੋ ਅਤੇ ਜਿਸ ਉਮਰ ਦੇ ਵਿੱਚ ਸਾਰਿਆਂ ਦਾ ਸੁਪਨਾ ਹੁੰਦਾ ਆ 11-12 ਤੁਸੀਂ 11ਵੀਂ ਪਾਸ ਕੀਤੀ ਹੈ ਵੀ ਹਾਂ ਹਰ ਕਿਸੇ ਦਾ ਸੁਪਨਾ ਹੁੰਦਾ ਮੈਂ ਬਾਹਰ ਨਹੀਂ ਜਾਣਾ ਵੀ ਮੈਂ ਆਪਣੀ ਲਾਈਫ ਇੰਜੋਏ ਕਰਨੀ ਹੈ ਉਸ ਟਾਈਮ ਤੁਸੀਂ ਆਪਣੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਸਟਰਗਲ ਕੀਤਾ ਕੀ ਕਹਿਣਾ ਚਾਹੋ ਮੈਮ ਇੱਦਾਂ ਨਾ ਮੈਂ ਹੁਣ ਘਰ 'ਚੋਂ ਇੱਕ ਮੈਂ ਇੱਕ ਵੱਡਾ ਵਾਂ ਨਾ ਜੀ
ਅਤੇ ਇਹਦੇ ਕਰਕੇ ਫਿਰ ਘਰ ਦਾ ਹੁਣ ਜੇ ਛੋਟੇ ਭਰਾ ਉਹਨਾਂ ਨੂੰ ਆਪਾਂ ਆਪ ਹੀ ਦੇਖ ਮੈਨੂੰ ਹੀ ਦੇਖਣਾ ਪੈਣਾ ਸਾਰਾ ਕੁਛ ਘਰ ਦਾ, ਇਸ ਕਰਕੇ ਘਰ 'ਚ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਘਰਦਿਆਂ ਨੇ ਮੈਨੂੰ ਕਰਜ਼ਾ ਕੁਰਜ਼ਾ ਚੱਕ ਕੇ ਬਾਹਰ ਭੇਜਤਾ। ਅਤੇ ਚਲੋ ਉਦੋਂ ਮੈਂ 19 ਸਾਲ ਦਾ ਸੀਗਾ, ਮੈਨੂੰ ਲੱਗਦੀ 19 ਸਾਲ ਦਾ, 2013 'ਚ 13 ਜੁਲਾਈ 'ਚ ਗਿਆ ਸੀਗਾ ਮੈਂ, ਅਤੇ ਬਾਹਰ ਭੇਜਤਾ। ਅਤੇ ਹੁਣ ਉਹ ਫਿਰ ਸਾਰਾ ਘਰ ਦਾ ਕੰਮ ਸਾਰਾ ਮੇਰੇ ਹੱਥ ਹੀ ਸੀਗਾ, ਇਸ ਕਰਕੇ ਰਿਸਪੋਂਸੀਬਿਲਟੀਜ਼ ਜ਼ਿਆਦਾ ਸੀਗੀਆਂ ਤਾਂ ਕਰਕੇ ਬਾਹਰ ਗਏ ਸੀ, ਜਾਂ ਸੁਪਨਾ ਸੀ ਬਾਹਰ ਜਾਣਾ? ਨਹੀਂ, ਸੁਪਨਾ ਵੀ ਇੱਕ ਮਤਲਬ ਹੁੰਦਾ ਵੀ ਹੈ ਵੀ ਸੁਪਨਾ, ਉਹ ਤਾਂ ਬਾਕੀ ਉਮਰ ਹੀ ਬਹੁਤ ਮੇਰੀ ਘੱਟ ਸੀ, ਸੁਪਨੇ ਤਾਂ ਬਾਅਦ ਹੀ ਹੁੰਦਾ ਅੰਦਰ ਵੈਸੇ, ਬਾਹਰ ਜਾਣਾ ਬਾਹਰ ਜਾਣਾ, ਅਤੇ ਘਰ ਦਾ ਫਿਰ ਪ੍ਰੋਬਲਮ ਕਰਕੇ ਬਾਹਰ ਭੇਜਤਾ। ਤੁਸੀਂ ਬਾਹਰ ਗਏ ਹੋ, ਤੁਸੀਂ ਆਪਣੇ ਬਾਹਰ ਦੀ ਜਰਨੀ ਜਿਹੜੀ ਤੁਹਾਡੀ ਲਾਈਫ ਉੱਧਰ ਲਈ ਸੀਗੀ, ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਕਿੱਦਾਂ ਦੀ ਸੀਗੀ, ਅਤੇ ਤੁਸੀਂ ਵਾਪਸ ਆ ਕੇ ਆਪਣਾ ਹੀ ਕੰਮ ਕਿਉਂ ਸਟਾਰਟ ਕੀਤਾ? ਕਿਉਂਕਿ ਜਿਹੜਾ ਬੰਦਾ ਬਾਹਰ ਚੱਲ ਜਾਂਦਾ, ਮੈਨੂੰ ਨਹੀਂ ਲੱਗਦਾ ਉਹ ਇੱਥੇ ਆ ਕੇ ਕੰਮ ਕਰਨਾ ਪਸੰਦ ਕਰਦਾ ਆ। ਨਹੀਂ ਮੈਮ, ਇੱਦਾਂ ਦੀ ਗੱਲ ਨਹੀਂ ਕਿ ਬਾਹਰ ਤਾਂ ਸਟਰਗਲ ਬਹੁਤ ਆ, ਸਾਰਿਆਂ ਨੂੰ ਪਤਾ ਹੀ ਹੈ ਨਾ, ਅਤੇ ਆਪਾਂ ਫੋਟੋਆਂ ਵਗੈਰਾ 'ਚ ਹੀ ਦੇਖ ਲੈਂਦੇ ਹਾਂ ਵੀ ਉੱਥੇ ਖੜ੍ਹ ਕੇ ਫੋਟੋ ਪਾਤੀ, ਲੇਕ 'ਤੇ ਖੜ੍ਹ ਕੇ ਫੋਟੋ ਪਾਤੀ, ਅਤੇ ਜਿਨ੍ਹਾਂ ਦਾ ਆਪਣਾ ਹੁਣ ਘਰ ਬਹੁਤ ਪ੍ਰੋਬਲਮ 'ਚ ਹੁੰਦਾ ਬੰਦਾ, ਉਹ ਤਾਂ ਉੱਥੇ ਕੰਮ ਕਰਦਾ, ਉਹ ਇੰਨਾ ਧਿਆਨ ਨਹੀਂ ਦਿੰਦਾ, ਤੁਹਾਨੂੰ ਪਤਾ ਹੀ ਹੈ। ਅਤੇ ਇਸ ਕਰਕੇ ਹੁਣ 3-4 ਸਾਲ ਮੈਂ ਬਾਹਰ ਲਾਏ, ਫਿਰ ਚਲੋ ਦੇਖਿਆ ਅਤੇ ਵੀ ਹੁਣ ਮੇਰੀ ਬੱਸ ਹੋ ਗਈ, ਬਾਹਲਾ ਸਟਰਗਲ ਦੇਖ ਲਿਆ ਇੱਥੇ, ਅਤੇ ਮਤਲਬ ਇੱਦੋਂ ਮੈਂ ਆਪਣਾ ਡਰੈਂਕ ਵਗੈਰਾ ਪਰ ਇੱਧਰ ਸੀਗਾ, ਪਰ ਮੇਰੇ ਜਹਿ 'ਚ ਆ ਗਿਆ ਵੀ ਹੁਣ ਆਪਾਂ ਜਾ ਕੇ ਆਪਦਾ ਟੈਟੂਆਂ ਦਾ ਕੰਮ ਕਰ ਸਕਦੇ ਹਾਂ, ਕੋਈ ਵੀ ਆਪਦਾ ਕੰਮ ਕਰ ਸਕਦੇ ਹਾਂ ਜਾ ਕੇ, ਵੀ ਇੱਥੇ ਫਿਰ ਕਾਹਤੋਂ ਮਾਰਨਾ 24-24 ਘੰਟੇ। ਅਤੇ ਉਦੋਂ ਫਿਰ ਮੈਂ ਇਹ ਆ ਗਿਆ ਬਾਹਰੋਂ। ਕਿਹੜੀ ਕੰਟਰੀ ਤੁਸੀਂ ਗਏ ਸੀ? ਨਹੀਂ, ਮਲੇਸ਼ੀਆ ਗਏ ਸੀ। ਮਲੇਸ਼ੀਆ? ਹਾਂਜੀ। ਅਤੇ ਮਲੇਸ਼ੀਆ ਦਾ ਜਿਹੜਾ ਸਫ਼ਰ ਆ, ਤੁਹਾਨੂੰ ਜਮਾਂ ਨਹੀਂ ਵਧਿਆ ਲੱਗਿਆ ਕਿਉਂਕਿ ਸਟਰਗਲ ਜ਼ਿਆਦਾ ਸੀਗਾ? ਹਾਂਜੀ, ਸਟਰਗਲ ਤਾਂ ਹੈਗਾ ਹੀ, ਪਰ ਇੱਦਾਂ ਫਿਰ ਘਰਦਿਆਂ ਤੋਂ ਦੂਰ ਰਹਿਣਾ, ਸਟਰਗਲ ਤਾਂ ਇੱਥੇ ਵੀ ਕਰ ਸਕਦਾ ਬੰਦਾ, ਘਰਦਿਆਂ ਤੋਂ ਦੂਰ ਰਹਿ ਕੇ ਸਟਰਗਲ ਕਰਨਾ ਉਹ। ਕਾਰਨ ਕੀ ਹੋਇਆ ਵਾਪਸ ਆਉਣ ਦਾ? ਕਾਰਨ ਮੈਮ ਇੱਦਾਂ, ਫਿਰ ਜਦੋਂ ਤੁਹਾਨੂੰ ਦੱਸਿਆ ਤਾਂ ਹੈ ਵੀ ਮੈਨੂੰ ਜਦੋਂ ਆਪਣੇ ਜਹਿ 'ਚ ਆ ਗਿਆ ਵੀ ਹੁਣ ਮੈਂ ਆਪਦਾ ਟੈਟੂ ਆਰਟਿਸਟ ਬਣ ਸਕਦਾ ਜੀ, ਕੁਛ ਵੀ ਡਰਾਇੰਗ ਵਗੈਰਾ ਆਪਦਾ ਕੰਮ ਕਰ ਸਕਦੇ ਹਾਂ ਜਾ ਕੇ, ਅਤੇ ਉਦੋਂ ਫਿਰ ਮੈਂ ਆਪਦਾ ਮਨ ਬਣਾ ਲਿਆ ਵੀ ਵਾਪਸ ਜਾਣਾ, ਵੀ ਇੱਕ ਵਾਰ ਟਰਾਈ ਕਰੀਏ। ਵੀ ਮੈਂ ਡਰਾਇੰਗ ਕਰਦਾ ਸੀਗਾ, ਇੱਕ ਕਾਗਜ਼ ਦੇ ਉੱਤੇ ਕਲਮ ਚਲਾਉਣਾ ਅਤੇ ਇੱਕ ਬਾਂਹ ਦੇ ਉੱਤੇ ਮਸ਼ੀਨ ਚਲਾਉਣੀ, ਕਿੰਨਾ ਕੁ ਔਖਾ ਲੱਗਦਾ ਸੀ? ਔਖਾ ਮੈਮ ਇੱਦਾਂ ਔਖੇ ਦੀ ਗੱਲ ਨਹੀਂ, ਜਦੋਂ ਆਪਣੇ ਹੈ ਨਾ ਸਿਰ 'ਤੇ ਪੈ ਹੀ ਗਈ, ਮਜ਼ਬੂਰੀਆਂ ਪੈ ਗਈਆਂ, ਇੱਥੇ ਆ ਕੇ ਵੀ ਹੁਣ ਮੈਂ ਸਵੀਗੀ 'ਚ ਲੱਗ ਗਈ ਫਿਰ ਕੰਮ ਕਰਨ। ਬਾਹਰ ਜਾਣ ਤੋਂ ਪਹਿਲਾਂ ਮੈਮ ਇੱਥੇ ਮੈਂ ਦਿਹਾੜੀ ਦਿਹੁੜੀ ਲੱਗਿਆ ਹੁੰਦਾ ਸੀਗਾ ਆਪਣੇ ਰਾਜਗੜ੍ਹ 'ਚ ਸਕੂਲ ਬਣਾਉਣ ਦੀ, ਅਤੇ ਫਿਰ ਮੈਂ ਆਪਣਾ ਦਿਹਾੜੀਆਂ ਤੋਂ ਬਾਅਦ ਜਿਹੜਾ ਮੇਰੇ ਨਾਲ ਮੁੰਡਾ ਸੀਗਾ ਉੱਥੇ ਥੋੜ੍ਹੇ ਪ੍ਰੋਬਲਮ ਜੀ ਹੋਣ ਕਰਕੇ ਫਿਰ ਅਸੀਂ ਆਪਣਾ ਇੱਥੇ ਲੱਗ ਗਏ ਸੀਗੇ ਆਪਣੇ ਮਹਿੰਦਰਾ ਵਰਕਸ਼ਾਪ 'ਤੇ, ਉੱਥੇ ਅਸੀਂ ਗੱਡੀਆਂ ਗੁੱਡੀਆਂ ਦੀ ਮਤਲਬ ਵਾਸ਼ਿੰਗ 'ਤੇ ਲੱਗ ਗਏ। ਫਿਰ ਉੱਥੋਂ ਫਿਰ ਬਾਅਦ ਆਪਦੀ ਵਰਕਸਟੇਸ਼ਨ ਲੈ ਲਿਆ ਅਸੀਂ, ਅਤੇ ਵਰਕਸ਼ਾਪ ਤੋਂ ਬਾਅਦ ਬਸ ਕਰਦੇ ਕਰਾਉਂਦੇ ਘਰਦਿਆਂ ਨੇ ਬਾਹਰ ਭੇਜਤਾ, ਕਹਿੰਦੇ ਉਰੇ ਹੀ ਕੰਮ ਕਰਦਾ ਕੁਛ ਬਣਦਾ ਨਹੀਂ ਕਿਧਰ, ਅਤੇ ਬਾਹਰ ਭੇਜਤਾ। ਸੁਪਨਾ ਸੀਗਾ ਮਾਂ ਬਾਪ ਦਾ ਬਾਹਰ ਵੇਚਣਾ? ਹਾਂਜੀ, ਘਰਦਿਆਂ ਦਾ ਤਾਂ ਹੁੰਦਾ ਹੀ ਆ, ਆਪਾਂ ਨੂੰ ਹੁਣ ਨਹੀਂ ਜਦੋਂ ਇਹ ਪਤਾ ਥੋੜ੍ਹੀ ਹੁੰਦਾ ਵੀ ਉੱਥੇ ਜਾ ਕੇ ਇੰਨਾ ਕੰਮ ਕਰਨਾ ਗਾ। 3 ਬ੍ਰਦਰ ਹੀ ਅਸੀਂ, ਮੋਮ ਡੈਡ ਬਸ। ਹਾਂਜੀ, ਅਤੇ ਜਿਵੇਂ ਹਰ ਕਿਸੇ ਦਾ ਇੱਕ ਸੁਪਨਾ ਹੁੰਦਾ ਵੀ ਮੈਂ ਆਪਣੇ ਘਰਦਿਆਂ ਨੂੰ ਕਿਤੇ ਉਹ ਚੀਜ਼ ਦਿਖਾਉਣੀ ਹੈ ਕਿ ਜੋ ਉਹਨਾਂ ਨੇ ਨਹੀਂ ਦੇਖੀ, ਬਾਹਰ ਗਏ ਹੋ, ਇੰਨਾ ਸਟਰਗਲ ਕੀਤਾ ਹੈ, ਉਹ ਚੀਜ਼ ਜਿਹੜੇ ਉਹ ਡਿਜ਼ਰਵ ਕਰਦੇ ਆ, ਤੁਸੀਂ ਟਰਾਈ ਕੀਤੀ ਹੈ ਵੀ ਉਹਨਾਂ ਨੂੰ ਉਹ ਖੁਸ਼ੀ ਮਿਲੇ? ਨਹੀਂ, ਉੱਥੇ ਤਾਂ ਤੁਹਾਨੂੰ ਪਤਾ ਹੀ ਹੁਣ ਇੰਨਾ ਕਿੱਥੇ ਸੋਚਦਾ ਬੰਦਾ, ਕੰਮ ਤੋਂ ਹੀ ਨਹੀਂ ਵਿਹਲ ਮਿਲਦੀ, ਜੇ ਕੰਮ ਕਰਾਂਗੇ ਤਾਂ ਰੋਟੀ ਖਾਵਾਂਗੇ, ਇੰਨਾ ਕੁਛ ਤਾਂ ਹੁੰਦਾ ਹੀ ਨਹੀਂ ਉੱਥੇ ਵੀ ਆਹ ਸੋਚ ਲਈਏ ਉਹ ਸੋਚ ਲਈਏ। ਬਹੁਤ ਲੋਕਾਂ ਦਾ ਸੁਪਨਾ ਹੁੰਦਾ ਹੈ ਬਾਹਰ ਜਾਣਾ, ਪਰ ਤੁਸੀਂ ਇੱਕ ਬਾਹਰਲੀ ਕੰਟਰੀ ਛੱਡ ਕੇ ਫਿਰ ਇੰਡੀਆ ਮੁੜ ਕੇ ਆਏ ਹੋ, ਬਹੁਤ ਲੋਕਾਂ ਨੂੰ ਜਿਹੜਾ ਸ਼ੌਕਡ ਹੋ ਗਏ ਹੋਣਗੇ ਵੀ ਲੋਕ ਬਾਹਰ ਜਾਣ ਲਈ ਇੰਨਾ ਜ਼ਿਆਦਾ ਸਟਰਗਲ ਕਰਦੇ ਨੇ, ਇੰਨੇ ਪੈਸੇ ਦਿੰਦੇ ਨੇ, ਪਰ ਤੁਸੀਂ ਬਾਹਰ ਛੱਡ ਕੇ ਕਿੱਥੇ ਆ ਕੇ ਆਪਣਾ ਕੰਮ ਸਟਾਰਟ ਕੀਤਾ ਹੈ, ਕਾਰਨ ਕੀ ਹੈ?
ਨਹੀਂ ਮੈਮ, ਕੰਟਰੀ ਕੰਟਰੀ ਦਾ ਹੀ ਫਰਕ ਆ ਨਾ, ਜਿੱਥੇ ਤਾਂ ਆਪਣੀ ਹੁਣ ਆਪਾਂ ਨੂੰ ਪਤਾ ਵੀ ਆ, ਮਲੇਸ਼ੀਆ 'ਚ ਮੈਂ 4 ਸਾਲ ਲਾ ਕੇ ਇੱਦੂ ਬਾਅਦ 'ਚ ਆਉਣਾ ਤਾਂ ਪੰਜਾਬ ਹੀ ਆ, 5 ਸਾਲ ਵਾਲਾ 10 ਸਾਲ ਵਾਲਾ, ਜੇ ਤਾਂ ਆਪਣੀ ਉੱਥੇ ਸੈਟਲਮੈਂਟ ਹੋਵੇ ਕੋਈ ਵਧੀਆ ਕੰਟਰੀ ਹੋਵੇ ਫਿਰ ਤਾਂ ਆਪਾਂ ਮੰਨ ਸਕਦੇ ਹਾਂ। ਥੋੜ੍ਹੀ ਇੱਦਾਂ ਹੀ ਪ੍ਰੋਬਲਮ ਕਰਕੇ ਇੱਧਰ ਆਉਣਾ ਪੈ ਗਿਆ ਮੈਨੂੰ, ਆਪਦਾ ਕੰਮ ਹੀ ਸਟਾਰਟ ਕਰ ਲਿਆ, ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ। ਹੁਣ ਜਿਹੜੇ ਆਪਣਾ ਕੰਮ ਕਹਿੰਦੇ ਆਪਣਾ ਹੀ ਕੰਮ ਹੁੰਦਾ, ਆਪਣੇ ਕਿ ਦਿਲ ਦੇ ਆਪ ਰਾਜੇ ਹੋ, ਕਿੱਦਾਂ ਦਾ ਲੱਗਦਾ ਹੈ? ਨਹੀਂ ਮੈਂ ਵਧੀਆ ਲੱਗਦਾ, ਪਰ ਮਤਲਬ ਜੇ ਬੰਦੇ ਨੇ ਨਾ ਹੁਣ ਸਟਰਗਲ ਹੀ ਦੇਖ ਲਿਆ ਤਾਂ ਉਹਨੂੰ ਹੁਣ ਪਤਾ ਹੀ ਹੁੰਦਾ ਵੀ ਯਾਰ ਆਪਾਂ ਕਿੰਨਾ ਕੁਛ ਦੇਖ ਕੇ ਆਏ ਹਾਂ, ਅਤੇ ਉਹ ਫਿਰ ਆਪਾਂ ਬਾਹਲੀ ਉਹ ਨਹੀਂ ਨਾ, ਹਵਾ ਵੀ ਨਹੀਂ ਕਰ ਸਕਦੇ ਕਿਉਂਕਿ ਆਉਂਦੀ ਹੀ ਨਹੀਂ ਹਵਾ, ਤਾਂ ਇੱਕਦਮ ਤਾਂ ਆਪਾਂ ਚੀਜ਼ ਮਿਲੀ ਨਹੀਂ, ਬਹੁਤ ਘੀਸੀਆਂ ਕਰਕੇ ਮਿਲੀ ਹੈ। ਟੈਟੂ ਆਰਟਿਸਟ ਹੋ, ਲੇਕਿਨ ਮੈਂ ਤੁਹਾਨੂੰ ਦੇਖ ਸਕਦੀ ਹਾਂ ਤੁਹਾਡੇ ਬੋਡੀ 'ਤੇ ਕਿੱਥੇ ਵੀ ਟੈਟੂ ਨਹੀਂ ਬਣੇ ਹੋਏ, ਕੀ ਗੱਲ ਹੈ? ਪਸੰਦ ਨਹੀਂ ਹੈ ਕਿ ਕੋਈ ਹੋਰ ਹੀ ਕਾਰਨ? ਨਹੀਂ ਪਸੰਦ ਦੀ ਗੱਲ ਨਹੀਂ ਮੈਮ, ਮਤਲਬ ਟਾਈਮ ਨਹੀਂ ਇੱਦਾਂ ਮਿਲਦਾ, ਥੋੜ੍ਹਾ ਘਰ ਦੀਆਂ ਪ੍ਰੋਬਲਮਾਂ ਕਰਕੇ, ਕਿਉਂਕਿ ਹੁਣ ਮੈਂ ਘਰ 'ਚ ਸਟੂਡੀਓ ਆ, ਘਰ ਦਾ ਵੀ ਸਾਰਾ ਦੇਖਣਾ ਪੈਂਦਾ, ਅਤੇ ਆਪਦੇ ਸ਼ੌਂਕ ਪੂਰਨ ਲਈ ਹਜੇ ਮਤਲਬ ਟਾਈਮ ਹੀ ਮੇਰੇ ਕੋਲ, ਕੱਢਾਂਗੇ। ਕਿਤੇ ਪਛਤਾਵਾ ਹੁੰਦਾ ਹੈ ਕਿ ਜਿਸ ਉਮਰ ਦੇ ਵਿੱਚ ਤੁਹਾਨੂੰ ਖੇਡਣ ਦੀ ਉਮਰ ਸੀਗੀ, ਘੁੰਮਣ ਦੀ ਉਮਰ ਸੀਗੀ, ਉਸ ਉਮਰ ਦੇ ਵਿੱਚ ਤੁਸੀਂ ਦਿਹਾੜੀ ਲਾਈਆਂ ਨੇ ਅਤੇ ਬਾਹਰ ਗਏ ਹੋ, ਇੰਨਾ ਸਟਰਗਲ ਕੀਤਾ ਆ, ਦੁੱਖ ਹੁੰਦਾ ਆ ਜੇ ਅੱਜ ਦੇ ਟਾਈਮ ਨੂੰ ਦੇਖਿਆ? ਨਹੀਂ ਮੈਮ ਦੁੱਖ ਨਹੀਂ, ਹੁਣ ਆਪਾਂ ਜੇ ਹਿਸਾਬ ਨਾਲ ਦੇਖਦੇ ਹਾਂ ਪੰਜਾਬ 'ਚ ਹਾਲਾਤ ਕਿੱਦਾਂ ਦੇ ਹੈ ਨਾ ਜੀ, ਅਤੇ ਸ਼ਾਇਦ ਕੀ ਪਤਾ ਨਸ਼ਿਆਂ ਪੱਤਿਆਂ 'ਚ ਵੜ ਜਾਂਦੇ, ਚਲੋ ਵਧੀਆ ਹੀ ਸਟਰਗਲ ਤਾਂ ਹੋਣਾ ਚਾਹੀਦਾ ਹਰੇਕ ਨੂੰ। ਤੁਸੀਂ ਬਾਹਰ ਗਏ ਹੋ, ਤੁਸੀਂ ਨਸ਼ੇ ਪੱਤੇ ਤੋਂ ਤਾਂ ਦੂਰ ਹੋ, ਜੇ ਪੰਜਾਬ ਵਿੱਚ ਰਹਿੰਦੇ ਤਾਂ ਤੁਸੀਂ ਨਸ਼ੇ ਪੱਤੇ ਵਿੱਚ ਪੈ ਜਾਣਾ? ਨਹੀਂ ਮੈਮ ਉਹ ਗੱਲ ਨਹੀਂ ਕਿ ਚਾਹੇ ਬਾਹਰ ਆ ਚਾਹੇ ਜਿੱਥੇ ਪੈਣਾ ਉਹਨੇ ਬੰਦੇ ਨੇ ਪੈ ਜਾਂਦਾ, ਪਰ ਜਿਹੜੇ ਬੰਦੇ 'ਤੇ ਮਜਬੂਰੀਆਂ ਨੇ ਘਰ ਦੀਆਂ ਉਹ ਬੰਦਾ ਨਹੀਂ ਕਦੇ ਪੈਂਦਾ, ਕਿਉਂਕਿ ਘਰ ਦਾ ਸਾਰਾ ਦੇਖਣਾ ਹੀ ਮੈਂ ਸੀਗਾ, ਜੇ ਮੈਂ ਹੀ ਇਹ ਕੰਮ 'ਚ ਵੜ ਗਿਆ ਤਾਂ ਫਿਰ ਪਿੱਛੇ ਦਾ ਬੇੜਾ ਕਰਕੇ। ਜ਼ਿੰਮੇਵਾਰੀਆਂ ਬਹੁਤ ਸੀਗੀਆਂ, ਹਾਂਜੀ ਜ਼ਿੰਮੇਵਾਰੀ ਕਰਕੇ ਬਾਹਲਾ ਧਿਆਨ ਨਹੀਂ ਦਿੱਤਾ। ਕਿਸੇ ਦਾ ਇੱਕ ਨਾ ਇੱਕ ਸੁਪਨਾ ਹੁੰਦਾ ਹੈ, ਤੁਹਾਡਾ ਕੀ ਸੁਪਨਾ ਹੈ ਕਿ ਹਾਂ ਤੁਸੀਂ ਆਪਣੇ ਆਉਣ ਵਾਲੇ ਕੱਲ੍ਹ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਉੱਧਰ ਦੇਖਣਾ ਚਾਹੁੰਦੇ ਹੋ? ਮੈਮ ਸੁਪਨਾ ਤਾਂ ਹੁਣ ਇਹੀ ਆ ਵੀ ਬਸ ਜਿਹੜਾ ਕੰਮ ਹੁਣ ਰੱਬ ਨੇ ਆਪਣੇ ਹੱਥ 'ਚ ਦੇ ਦਿੱਤਾ ਨਾ, ਅਤੇ ਇਹੀ ਕਰਾਂਗੇ ਅੱਗੇ, ਜਿੱਥੇ ਮਰਜ਼ੀ ਜਾਈਏ, ਚਾਹੇ ਬਾਹਰ ਫੋਰਨ ਕੰਟਰੀ ਵਧੀਆ ਕੰਟਰੀ ਵਿੱਚ ਚਲੇ ਜਾਈਏ ਜਾਂ ਇੱਥੇ ਰਹੀਏ, ਇਹ ਚੀਜ਼ ਅੱਗੇ ਚੱਲਾਂਗੇ ਹੁਣ। ਮਤਲਬ ਇਹ ਜਿਹੜਾ ਤੁਹਾਡਾ ਪ੍ਰੋਫੈਸ਼ਨਲ ਹੈ, ਤੁਹਾਡਾ ਸ਼ੌਂਕ ਹੈ ਟੈਟੂ ਬਣਾਉਣਾ, ਇੱਕ ਕਲਾਕਾਰ ਨੂੰ ਕਹਿੰਦੇ ਨੇ ਕਿ ਕਲਾਕਾਰੀ ਉਦੋਂ ਹੀ ਦਿਖਦੀ ਹੈ ਜਦੋਂ ਕਲਾਕਾਰ ਆਪਣਾ ਕਲਾ ਜਿਹੜਾ ਸਾਰਿਆਂ ਨੂੰ ਦਿਖਾਵੇ, ਅਤੇ ਤੁਹਾਨੂੰ ਆਪਣੀ ਕਲਾ ਦਾ ਕਦੋਂ ਪਤਾ ਲੱਗਿਆ ਵੀ ਤੁਸੀਂ ਇੱਕ ਟੈਟੂ ਆਰਟਿਸਟ ਵੀ ਬਣ ਸਕਦੇ ਹੋ? ਕਿਉਂਕਿ ਪਿਕਚਰਸ ਦੀ ਗੱਲ ਕਰ ਰਹੇ ਹੋ ਜਾਂ ਫਿਰ ਪੇਂਟਿੰਗ ਦੀ ਗੱਲ ਕਰ ਰਹੇ ਹੋ, ਤਸਵੀਰਾਂ ਬਣਾਉਣੀਆਂ ਅੱਜ ਕੱਲ੍ਹ ਬਹੁਤ ਲੋਕ ਬਣਾਉਂਦੇ ਨੇ, ਬਟ ਤਸਵੀਰ ਦੇ ਨਾਲ ਨਾਲ ਜਿਹੜੇ ਤੁਸੀਂ ਟੈਟੂ ਬਣਾ ਰਹੇ ਹੋ, ਇਹ ਕਦੋਂ ਪਤਾ ਲੱਗਿਆ ਵੀ ਹਾਂ ਤੁਸੀਂ ਇਸ ਲਾਈਨ ਦੇ ਵਿੱਚ ਆਉਣਾ ਹੈ? ਮੈਮ ਜਦੋਂ ਮਤਲਬ ਸਾਰੇ ਕੰਮ ਮੇਰੇ ਮਤਲਬ ਹੁਣ ਜਿਹੜੇ ਆਪਾਂ ਕੀਤੇ ਸੀ ਦਿਹਾੜੀਆਂ ਵਗੈਰਾ ਜੋ ਵੀ ਹੈ, ਲੱਕੜ ਦਾ ਕੰਮ ਵੀ ਸਿੱਖਿਆ, ਆਪਣਾ ਜਾਲ ਬੰਨਣ ਦਾ ਵੀ ਕੰਮ ਸਿੱਖਿਆ, ਮੈਂ ਜੇ ਸੀ ਬੀ ਵੀ ਸਿੱਖੀ ਆਈ ਜੰਡੂ ਸਿੰਘ ਆਪਣੇ ਜਲੰਧਰ, ਅਤੇ ਟਰਾਲਾ ਵੀ ਸਿੱਖਿਆ ਜੀ ਮੈਂ, ਸਾਰੇ ਕੰਮ ਕਰ ਕਰਾ ਕੇ ਜਦੋਂ ਮੈਂ ਦੇਖਿਆ ਵੀ ਆਪਦਾ ਕੰਮ ਤਾਂ ਕੋਈ ਨਹੀਂ ਹੱਥ 'ਚ, ਮੈਨੂੰ ਵਧੀਆ ਚੰਗਾ ਲੱਗ ਹੀ ਨਹੀਂ ਰਿਹਾ ਕੋਈ ਕੰਮ, ਅਤੇ ਜਦੋਂ ਮੈਂ ਇਹ ਕੰਮ 'ਚ ਪਿਆ ਅਤੇ ਡਰਾਇੰਗ ਮੈਂ ਸ਼ੌਂਕ ਨਾਲ ਬਣਾਉਂਦਾ ਸੀ, ਕੋਈ ਕਹਿ ਜਾਂਦਾ ਸੀ ਕੋਈ ਫਰੈਂਡ ਕਹਿੰਦਾ ਸੀ ਆਹ ਬਣਾ ਦੇ ਮੇਰੀ ਫੋਟੋ, ਉਹ ਬਣਾ ਦੇ, ਇਹ ਮੇਰਾ ਸ਼ੌਂਕ ਸੀਗਾ, ਅਤੇ ਫਿਰ ਮੈਂ ਸੋਚਿਆ ਵੀ ਮੈਂ ਆਪ ਯਾਰ ਸਵੀਗੀ 'ਚ ਮੈਂ ਉੱਧਰ ਦਿਹਾੜੀਆਂ ਲਾਉਣ ਜਾਂਦਾ ਨਾ 400-500 ਰੁਪਏ 'ਚ, ਅਤੇ ਆਪਾਂ ਇਹਨੂੰ ਹੀ ਕੰਮ 'ਚ ਬਦਲ ਦਈਏ। ਉਦੋਂ ਮੈਨੂੰ ਟੈਟੂ ਦਾ ਤਾਂ ਪਹਿਲਾਂ ਪਤਾ ਨਹੀਂ ਸੀ ਹੁੰਦਾ ਵੀ ਟੈਟੂ ਵੀ ਹੁੰਦਾ, ਕਿਵੇਂ ਬਣਾਈ ਦਾ ਕੀ ਹੈ, ਇੰਨਾ ਨਹੀਂ ਸੀ ਪਤਾ, ਅਤੇ ਜਦੋਂ ਫਿਰ ਮੈਂ ਦੇਖਿਆ ਵੀ ਇਹਨੂੰ ਆਪਾਂ ਕੰਮ 'ਚ ਬਦਲ ਸਕਦੇ ਹਾਂ, ਵੀ ਟੈਟੂ 'ਚ ਵੀ ਮੇਨ ਡਰਾਇੰਗ ਹੀ ਆ, ਪਰ ਡਰਾਇੰਗ ਆਪਾਂ ਨੂੰ ਮਾੜਾ ਮੋਟੀ ਨੌਲੇਜ ਹੈਗੀ, ਅਤੇ ਉਸ ਕਰਕੇ ਫਿਰ ਮੈਂ ਟੈਟੂ ਵੱਲ ਨੂੰ ਹੋ ਗਿਆ। ਫਿਰ ਮੈਂ ਸਵੀਗੀ ਜਦੋਂ ਫਿਰਦਾ ਹੀ ਬੈਗ 'ਚ ਪੈੱਨ ਪੁੰਨ ਹੁੰਦੇ ਸੀਗੇ, ਜਿਹਦੀ ਮਰਜ਼ੀ ਬਾਂਹ ਫੜ ਕੇ ਕਦੇ ਕੁਛ ਲੈ ਕੇ ਦੇਣਾ, ਕਦੇ ਗਰੇਵਾਲ ਲੈ ਕੇ ਦੇਣਾ, ਬਸ ਉਹ ਸ਼ੌਂਕ ਵੱਧਦਾ ਵੱਧਦਾ ਇੱਧਰ ਨੂੰ ਹੋ ਗਿਆ ਜੀ। ਟੈਟੂ ਬਣਾਉਣਾ ਤੁਸੀਂ ਕਿਤੇ ਸਿੱਖਿਆ ਆ? ਕਿਉਂਕਿ ਹੱਥ ਦੇ ਵਿੱਚ ਮਸ਼ੀਨ ਨਾਲ, ਕਿਉਂਕਿ ਇਹ ਤਾਂ ਆਪਣੀ ਸਕਿਨ ਹੁੰਦੀ ਹੈ, ਅਤੇ ਇਹਦੇ ਹੱਥ ਸਰੀਰ ਨਾਲ ਪੰਗਾ ਲੈਣਾ ਇੱਕ ਬਹੁਤ ਵੱਡੀ ਗੱਲ ਹੈ, ਤੁਸੀਂ ਸਿੱਖਿਆ ਆ ਜਾਂ ਫਿਰ ਰੱਬ ਵੱਲੋਂ ਤੁਹਾਨੂੰ ਗੋਡ ਗਿਫਟ ਜਿਵੇਂ ਆਪਾਂ ਕਹਿ ਸਕਦੇ ਹੋ?
ਨਹੀਂ ਮੈਮ ਸਿੱਖਿਆ ਨਹੀਂ ਗਾ ਹੁਣ ਆਪਾਂ ਨੂੰ ਇਕੱਲਾ ਮੈਨੂੰ ਤਾਂ ਡਰਾਇੰਗ ਦੀ ਨੌਲੇਜ ਸੀਗੀ ਜੀ ਜੋ ਵੀ ਸੀਗੀ ਮਸ਼ੀਨ ਵਗੈਰਾ ਬਾਰੇ ਹੈ ਨਹੀਂ ਸੀਗੀ ਉਹ ਆਪਾਂ ਯੂਟਿਊਬ 'ਤੇ ਵੀਡੀਓ ਦੇਖੀ ਆ ਕਿੱਥੋਂ ਮੰਗਾਉਣੀਆਂ ਦਿੱਲੀ ਅੰਪਾਇਰ ਵਾਲਿਆਂ ਤੋਂ ਮੈਂ ਕਿੱਟ ਮੰਗਾ ਲਈ ਉਹਨਾਂ ਤੋਂ ਲੋਨ ਚੱਕ ਕੇ 7,000 ਦੀ ਅਤੇ ਉਹ ਫਿਰ ਮੈਂ ਸਕਿਨ ਪੈਡ ਸੀਗੇ ਨਾਲ ਉਹਦੇ ਕਿੱਟ ਦੇ ਵਿੱਚ ਸਾਰਾ ਕੁਛ ਹੀ ਹੁੰਦਾ ਉਹ 'ਤੇ ਟਰਾਈ ਕੀਤਾ ਆਪਾਂ ਬਨਾਨਾ ਚੱਕ ਲੈਣਾ ਉਹਦੇ 'ਤੇ ਅੱਜ ਪੰਗੇ ਲੈਂਦੇ ਜੀ ਬਸ ਤਾਂ ਹੀ ਤਾਂ ਮੈਨੂੰ 4-5 ਸਾਲ ਲੱਗ ਗਏ ਜੇ ਮੈਂ ਸਿੱਖਿਆ ਹੁੰਦਾ ਫਿਰ ਤਾਂ ਮੈਂ 5-6 ਮਹੀਨੇ 'ਚ ਜਾਂ ਸਾਲ 'ਚ ਛੇਤੀ ਉੱਪਰ ਆ ਜਾਂਦਾ ਜੀ ਤਾਂ ਕਰਕੇ ਕਿਤੇ ਨਾ ਕਿਤੇ ਲੱਗਦਾ ਹੈ ਵੀ ਮਿਹਨਤ ਕਰਨ ਵਾਲੇ ਦੀ ਹਾਰ ਨਹੀਂ ਹੁੰਦੀ ਨਹੀਂ ਬਸ ਇਹ ਆ ਹੀ ਹੁਣ ਚੱਲੀ ਚੱਲੋ ਗੱਲ ਖਤਮ ਜੋ ਜ਼ਿੰਦਗੀ ਮਿਲੀ ਹੈ ਕੋਈ ਨਾ ਕੋ ਜੇ ਆਹ ਕੰਮ ਹੁਣ ਇੱਕ ਆਪਾਂ ਪਤਾ ਹੋਵੇ ਵੀ ਆਹ ਰਾਹ ਵਧੀਆ ਗਾ ਇਹ ਆਪਣੇ 'ਚ ਹੈਗਾ ਵਾ ਬਸ ਉੱਧਰ ਤੁਰੀ ਜਾਂਦੇ ਹਾਂ ਜੀ ਇੰਨਾ ਸਟਰਗਲ ਕੀਤਾ ਆ ਕਿਤੇ ਨਾ ਕਿਤੇ ਹੋਪ ਨਹੀਂ ਟੁੱਟ ਗਈ ਸੀਗੀ ਨਹੀਂ ਹੁਣ ਤਾਂ ਬਸ ਹੱਦ ਹੀ ਹੋ ਗਈ ਹੈ ਵੀ ਇੰਨਾ ਕੁਛ ਕਰਨ ਤੋਂ ਬਾਅਦ ਵੀ ਕੁਛ ਨਹੀਂ ਮਿਲ ਰਿਹਾ ਨਹੀਂ ਹੁੰਦਾ ਹੀ ਹੁੰਦਾ ਬਹੁਤ ਵਾਰ ਟੁੱਟਦਾ ਬੰਦਾ ਇੱਕ ਵਾਰ ਨਹੀਂ ਬਥੇਰੀ ਵਾਰ ਬਹੁਤ ਵਾਰ ਟੁੱਟਿਆ ਮੈਂ ਬਹੁਤ ਰੋਇਆ ਮੈਂ ਜਦੋਂ ਮਸ਼ੀਨ ਮੇਰੇ ਹੱਥ 'ਚ ਫੜੀ ਹੁੰਦੀ ਸੀ ਨਾ ਮਤਲਬ ਇੰਨਾ ਔਖਾ ਲੱਗਦਾ ਸੀਗਾ ਹੱਥ 'ਚ ਦਰਦ ਵੀ ਹੋਣ ਲੱਗ ਜਾਂਦਾ ਸੀਗਾ ਅਤੇ ਫਿਰ ਵੀ ਮੈਂ ਕਿਹਾ ਵੀ ਹੁਣ ਕਰਨਾ ਹੀ ਆ ਤਾਂ ਕਰ ਇਹੀ ਆ ਮੇਰੇ ਕੋਲ ਹੈ ਹੀ ਨਹੀਂ ਕੋਈ ਚਾਰਾ ਯਾਰ ਮਜਬੂਰੀ ਆ ਆਪਣੇ ਕੋਈ ਚਾਰਾ ਹੈ ਹੀ ਨਹੀਂ ਗਾ ਫਿਰ ਇਹੀ ਕਰਨਾ ਤਾਂ ਕਰਕੇ ਫਿਰ ਲੱਗੇ ਹੀ ਰਹੇ ਕੀ ਕਹਿਣਾ ਚਾਹੋਗੇ ਸਾਡੀ ਆਡੀਅੰਸ ਨੂੰ ਜੋ ਤੁਹਾਨੂੰ ਦੇਖ ਰਹੀ ਹੈ ਤੁਹਾਡਾ ਸਟਰਗਲ ਬਾਰੇ ਤੁਸੀਂ ਗੱਲਬਾਤ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਮਿਹਨਤ ਤਾਂ ਮੈਂ ਮੇਰੇ ਹਿਸਾਬ ਨਾਲ ਸਾਰੇ ਹੀ ਕਰਦੇ ਆ ਨਾ ਅੰਦਰੋਂ ਅੰਦਰੀ ਕਿਸੇ ਦਾ ਆਪਾਂ ਨੂੰ ਦਿੰਦਾ ਕਿਸੇ ਦਾ ਨਹੀਂ ਦਿੰਦਾ ਅੱਜ ਮੈਂ ਮੂਹਰੇ ਆ ਗਿਆ ਤੁਹਾਡੇ ਮੇਰਾ ਮੈਂ ਤੁਹਾਨੂੰ ਦੱਸਤਾ ਮੇਰਾ ਪਤਾ ਲੱਗ ਗਿਆ ਮਿਹਨਤ ਸਾਰੇ ਹੀ ਕਰਦੇ ਆ ਪਰ ਐਂ ਵੀ ਕਦੇ ਨਾ ਕਦੇ ਬੰਦੇ ਨੂੰ ਮਿਲਦਾ ਕੁਛ ਨਾ ਕੁਛ ਜਿਹੜਾ ਆਪਾਂ ਚਾਹੁੰਦੇ ਹਾਂ ਜਿਹੜਾ ਨਹੀਂ ਚਾਹੁੰਦੇ ਉਹ ਵੀ ਮਿਲ ਜਾਂਦਾ ਇਹ ਚੀਜ਼ ਹੈ ਹਾਂਜੀ ਹਾਂਜੀ ਜ਼ਿਆਦਾ ਹੀ ਮਿਲਦਾ ਜੇ ਆਪਾਂ ਸੋਚ ਵੀ ਨਹੀਂ ਸਕਦੇ ਉਹ ਚੀਜ਼ ਮਿਲ ਸਕਦੀ ਹੈ ਬੰਦੇ ਨੂੰ ਚਾਹੁੰਦੇ ਸੀ ਜਾਂ ਨਹੀਂ ਚਾਹੁੰਦੇ ਉਹ ਤੁਹਾਨੂੰ ਮਿਲ ਗਿਆ ਨਹੀਂ ਬੰਦਾ ਐਂ ਜੀ ਆਪਣੇ ਅੰਦਰ ਹੋਣਾ ਜੇ ਖੋ ਜਿਹੜੀ ਆਪਾਂ ਨੂੰ ਚੀਜ਼ ਅੰਦਰ ਹੈਗੀ ਉਹ ਆਪਣੀ ਚੀਜ਼ ਬਾਹਰ ਆ ਗਈ ਵੀ ਮਤਲਬ ਇਹ ਚੀਜ਼ ਤੋਂ ਮੈਂ ਅੱਕਦਾ ਨਹੀਂ ਮੇਨ ਚੀਜ਼ ਤਾਂ ਇਹੀ ਆ ਜ਼ਰੂਰੀ ਨਹੀਂ ਕਿ ਪੈਸਾ ਹੀ ਚਾਹੀਦਾ ਉਹ ਚਾਹੀਦਾ ਜੋ ਆਪਾਂ ਨੂੰ ਮਤਲਬ ਅੰਦਰੋਂ ਖੁਸ਼ੀ ਹੁੰਦੀ ਆ ਉਹ ਚੀਜ਼ ਕਰੋ ਚਾਹੇ ਕੋਈ ਵੀ ਆ ਕੋਈ ਵੀ ਚੀਜ਼ ਆ ਛੋਟੇ ਤੋਂ ਛੋਟਾ ਕੰਮ ਆ ਵੱਡੇ ਤੋਂ ਵੱਡਾ ਕੰਮ ਆ ਆਹ ਚੀਜ਼ ਸੋ ਜਿਵੇਂ ਕਿ ਅਸੀਂ ਭਾਜੀ ਨਾਲ ਗੱਲਬਾਤ ਕਰਾਈਏ ਇਹਨਾਂ ਦਾ ਕਹਿਣਾ ਆ ਸਟਰਗਲ ਬਹੁਤ ਜ਼ਿਆਦਾ ਕੀਤਾ ਅਤੇ ਮਿਹਨਤ ਵੀ ਬਹੁਤ ਜ਼ਿਆਦਾ ਕੀਤੀ ਹੈ ਤੁਹਾਨੂੰ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਅਤੇ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤਾਂ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ